ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਦੇ ਦਰਸ਼ਕੋ, ਜਿਵੇਂ ਕਿ ਤੁਹਾਨੂੰ ਪਤਾ ਹੈ, ਪਿਛਲੇ ਦਿਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਸੰਬੰਧ ਦੇ ਵਿੱਚ ਜੋ CBI ਨੇ ਕਲੋਜ਼ਰ ਰਿਪੋਰਟ ਪੇਸ਼ ਕੀਤੀ ਆ, ਉਹਦੇ ਸੰਬੰਧ ਦੇ ਵਿੱਚ ਕਾਫੀ ਚਰਚਾ ਹੋ ਰਹੀ ਆ ਵੀ ਕੀ ਆ, ਵੀ ਖਰਿਆ ਇਹ ਜਿਹੜਾ ਕੇਸ ਆ ਬਿਲਕੁਲ ਬੇਅਦਬੀ ਦੀ ਜਿਹੜੀ ਇਨਕੁਆਇਰੀ ਚੱਲ ਰਹੀ ਆ ਬਿਲਕੁਲ ਖਤਮ ਹੀ ਹੋ ਗਿਆ ਆ, ਤੇ ਕਈ ਤਰ੍ਹਾਂ ਦੇ ਭਰਮ ਭੁਲੇਖੇ ਆ, CBI ਕੀ ਆ, CBI ਦੀ ਜਿਹੜੀ ਕਲੋਜ਼ਰ ਰਿਪੋਰਟ ਹੈ ਉਹ ਕੀ ਆ, ਤੇ ਪੂਰਾ ਵੇਰਵਾ ਆਪਾਂ ਜਾਣਦੇ ਹਾਂ ਪ੍ਰਸਿੱਧ ਪੱਤਰਕਾਰ ਭਾਈ ਅਵਤਾਰ ਸਿੰਘ ਜੀ, ਜਿਹੜੇ ਵੱਖ ਵੱਖ ਚੈਨਲਾਂ ਤੇ ਵੀ ਸੇਵਾ ਕਰਦੇ ਆ ਤੇ ਕਾਫੀ ਉਹ ਨੌਲੇਜ ਰੱਖਦੇ ਆ ਇਹਦੇ ਸੰਬੰਧ ਵਿੱਚ, ਤੇ ਸਾਡੇ ਨਾਲ ਲਾਈਨ ਤੇ ਹਾਜ਼ਰ ਹਨ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਅਵਤਾਰ ਸਿੰਘ ਜੀ, ਜਿੱਦਾਂ ਪਿਛਲੇ ਦਿਨੀ ਤੇ ਰੌਲਾ ਪੈ ਰਿਹਾ ਸੀ ਕਿ ਜੀ 23 ਤਰੀਕ ਨੂੰ ਜਿਹੜੀ ਕਲੋਜ਼ਰ ਰਿਪੋਰਟ ਆ CBI ਨੇ ਉਹ ਪੇਸ਼ ਕਰ ਦੇਣੀ ਆ, ਉਹ ਪੇਸ਼ ਹੋ ਵੀ ਗਈ ਆ, ਤੇ ਹੁਣ ਉਹਦਾ ਰਿਜ਼ਲਟ ਵੀ ਬਾਹਰ ਆ ਗਿਆ ਕਿ ਉਹਨਾਂ ਨੇ ਉਹਦੇ ਵਿੱਚ ਕੀ ਕੀ ਕਿਹਾ ਆ, ਬਈ ਤਕਰੀਬਨ ਉਹਨਾਂ ਨੇ ਇਹ ਕਹਿਤਾ ਕਿ ਸਾਡੇ ਕੋਲ ਕੋਈ ਸਬੂਤ ਨਹੀਂ ਗਾ, ਤੇ ਜਿਹੜੇ ਉਹ ਕੇ ਮਤਲਬ ਜਿਹੜੇ ਬੰਦਿਆਂ ਤੇ ਮਹਿੰਦਰਪਾਲ ਬਿੱਟੂ ਜਾਂ ਕੁਛ ਆ, ਵੀ ਤਕਰੀਬਨ ਜਿਹੜੇ ਜਿੰਨੇ ਸਿਰਸੇ ਵਾਲੇ ਸਾਧ ਦੇ ਪ੍ਰੇਮੀ ਸੀ ਉਹਨਾਂ ਨੇ ਸਾਰਿਆਂ ਨੂੰ ਤਕਰੀਬਨ ਬਰੀ ਕਰਤਾ, ਤੇ ਲੋਕਾਂ ਦੇ ਵਿੱਚ ਇਸ ਗੱਲ ਦੀ ਕਾਫੀ ਕਨਫਿਊਜ਼ਿੰਗ ਆ ਵੀ ਇਹ ਹੋਇਆ ਕੀ ਹੈ, ਤੁਸੀਂ ਇਹਦੇ ਬਾਰੇ ਥੋੜਾ ਜਿਹਾ ਵੇਰਵੇ ਸਾਹਿਬ ਦੱਸੋ ਕੀ ਗੱਲ ਹੈ। ਹਾਂਜੀ, ਹੁਣ ਲਗਾਤਾਰ ਕਿਉਂਕਿ CBI ਦੇ ਕਲੋਜ਼ਰ ਰਿਪੋਰਟ ਦੇ ਆਉਣ ਨਾਲ ਇੱਕ ਤਾਂ ਵੀ ਸਿੱਖਾਂ ਨੇ ਵਿਰੋਧ ਪ੍ਰਦਰਸ਼ਨ ਵੀ ਕਰਿਆ, ਜਿਹੜਾ ਚੰਡੀਗੜ੍ਹ ਤੇ ਮੋਹਾਲੀ ਬਾਰਡਰ ਤੇ ਰੋਕ ਕੇ ਕਾਫੀ ਸਾਰੀਆਂ ਪਛਾੜਾਂ ਤੇ ਹੋਰ ਕੁੱਟਮਾਰ ਕੀਤੀ ਗਈ ਸਿੱਖਾਂ ਦੀ। ਹਾਂਜੀ, ਤੇ ਉਹਦੇ ਮਾਮਲੇ ਚ ਇਹ ਹੈਗਾ ਵੀ ਹੁਣ ਲੋਕਾਂ ਦੇ ਮਨਾਂ ਵਿੱਚ ਇਹ ਹੈ ਵੀ ਕੋਈ ਵੀ ਦੋਸ਼ੀ ਫੜਿਆ ਜਾਊਗਾ ਜਾਂ ਨਹੀਂ, ਜਾਂ ਜਿਹੜੀ ਪੰਜਾਬ ਸਰਕਾਰ ਨੇ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਈ ਹੋਈ ਆ ਜਿਹੜੀਆਂ ਉਹ ਕਾਰਵਾਈਆਂ ਕਰ ਰਹੀ ਆ, ਕਿ ਉਹ ਵੀ ਖਤਮ ਹੋ ਜਾਣਗੀਆਂ ਜਾਂ ਮਤਲਬ ਕਿ ਸਾਰਾ ਕੇਸ ਜਿੱਦਾਂ ਸਿਆਸਤ ਦੀ ਭੇਟ ਚੜ੍ਹੇ ਹੋਊਗਾ। ਹਾਂਜੀ, ਤੇ ਇੱਕ ਤਾਂ ਪਹਿਲੀ ਗੱਲ ਇਹ ਹੈਗੀ ਆ ਵੀ CBI ਦਾ ਜਿਹੜਾ ਘੇਰਾ ਸੀਗਾ ਉਹ ਛੋਟਾ ਛੋਟਾ ਘੇਰਾ ਸੀ, ਉਹਦੇ ਵਿੱਚ ਉਹਨਾਂ ਨੂੰ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਰੂਪ ਚੋਰੀ ਹੋਏ ਸੀ, ਹਾਂਜੀ, ਵੀ ਉਹਨਾਂ ਦਾ ਵੇਰਵਾ ਇਕੱਠਾ ਕਰਨ ਦੀ ਜਾਂਚ ਸੌਂਪੀ ਗਈ ਸੀ। ਇਹ ਬਾਦਲ ਸਰਕਾਰ ਨੇ ਉਸ ਵੇਲੇ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਵੀ ਚਲਾਕੀ ਕੀਤੀ ਆ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੰਡਾ ਕਰਨ ਲਈ, ਇਹ ਤਾਂ ਕਹਿਤਾ ਵੀ CBI ਨੂੰ ਜਾਂਚ ਦੇ ਦਿੱਤੀ ਹੋਈ ਆ, ਪਰ ਇਹ ਦੱਸਿਆ ਵੀ ਉਹਨੂੰ ਬਹੁਤ ਘੱਟ ਘੇਰੇ ਵਿੱਚ ਕੰਮ ਕਰਨ ਦਾ ਉਹਨੂੰ ਹਦਾਇਤਾਂ ਸੀ, ਉਹਦੇ ਤੇ ਉਹਦੇ ਕੋਲ ਜਿਹੜਾ ਕਤਲੋਗਾਤ ਹੋਈ ਆ, ਸਿੱਖਾਂ ਤੇ ਡੰਡੇ ਚੱਲੇ ਆ, ਸਿੱਖਾਂ ਤੇ ਗੋਲੀਆਂ ਚੱਲੀਆਂ, ਹਾਂਜੀ, ਜਾਂ ਪੰਜਾਬ ਪੁਲਿਸ ਦਾ ਉਹਦੇ ਵਿੱਚ ਕੀ ਰੋਲ ਰਿਹਾ, ਇਹਦੇ ਬਾਰੇ ਉਹ ਜਾਂਚ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਉਹਨਾਂ ਨੂੰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜਿਹੜੀ ਬੀੜ ਗੁੰਮ ਹੋਈ ਸੀ ਤੇ ਮੁੜ ਕੇ ਉਹਦੇ ਪੱਤਰੇ ਖਿਲਾਰੇ ਗਏ, ਉਹ ਕਿਹਨੇ ਚੋਰੀ ਕੀਤੀ ਆ ਤੇ ਕਿਹਨੇ ਉਹਨੇ ਪੱਤਰੇ ਖਿਲਾਰੇ ਆ, ਇਹਦੀ ਜਾਂਚ ਦਾ ਸੀਗਾ। ਪਰ ਅਸੀਂ ਬਦਕਿਸਮਤੀ ਨਾਲ ਕਹਾਂਗੇ ਵੀ CBI ਨੇ ਉਸ ਮਾਮਲੇ ਵਿੱਚ ਵੀ ਇੱਕ ਤਰ੍ਹਾਂ ਨਾਲ ਜਿੱਦਾਂ ਸਿਆਸਤ ਦੀ ਭੇਟ ਹੋ ਗਈ ਆ, ਵੈਸੇ CBI ਲਗਾਤਾਰ ਬਹੁਤ ਸਾਰੇ ਕੇਸਾਂ ਵਿੱਚ ਉਹਨੇ ਬਹੁਤ ਵਧੀਆ ਰੋਲ ਨਿਭਾਇਆ, ਚਾਹੇ ਆਪਾਂ ਦੇਖੀਏ ਸ਼ਹੀਦ ਜਸਵੰਤ ਸਿੰਘ ਖਰੜਾ ਵਾਲੇ ਕੇਸ ਤੋਂ ਲੈ ਕੇ ਬਹੁਤ ਸਾਰੇ ਪੁਲਿਸ ਮੁਕਾਬਲੇ, ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸਾਂ ਵਿੱਚ ਹੁਣ ਤੱਕ ਵੀ ਸਜ਼ਾਵਾਂ ਹੋ ਰਹੀਆਂ, ਉਹ ਸਾਰੇ CBI ਦੀ ਜਾਂਚ ਵਾਲੇ ਕੇਸ ਹੀ ਹੈਗੇ ਆ। ਤੇ ਲਗਾਤਾਰ ਵੱਡੇ ਦਬਾਵਾਂ ਦੇ ਬਾਵਜੂਦ ਵੀ CBI ਨੇ ਬੜੀ ਇਮਾਨਦਾਰੀ ਨਾਲ ਬਹੁਤ ਸਾਰੇ ਕੇਸ ਸਿਰੇ ਲਾਏ ਆ। ਈਵਨ ਸੱਜਣ ਕੁਮਾਰ ਵਾਲੇ ਕੇਸ 'ਚ ਵੀ ਆਪਾਂ ਦੇਖਿਆ ਵੀ CBI ਨੇ ਪੁਖਤਾ ਸਬੂਤ ਇਕੱਠੇ ਕਰਕੇ ਸੱਜਣ ਕੁਮਾਰ ਨੂੰ ਵੀ ਜੇਲ੍ਹ 'ਚ ਪਹੁੰਚਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਬੇਅਦਬੀ ਦੇ ਮਾਮਲੇ ਵਿੱਚ ਜਿਹੜੀ ਕਲੋਜ਼ਰ ਰਿਪੋਰਟ ਅਸੀਂ ਸਮਝਦੇ ਹਾਂ ਵੀ ਇਹ ਸਿਆਸਤ ਦੀ ਭੇਟ ਹੋਈ ਆ। ਪਿਛਲੇ ਦਿਨੀ ਇੰਗਲਿਸ਼ ਟ੍ਰਿਬਿਊਨ ਵਿੱਚ ਇਹ ਖਬਰ ਲੱਗੀ ਸੀ ਜਦੋਂ ਮਹਿੰਦਰਪਾਲ ਬਿੱਟੂ ਦਾ ਕਤਲ ਹੋਇਆ, ਹਾਂਜੀ, 3 ਸਾਲਾਂ ਤੋਂ CBI ਦਾ ਕੋਈ ਵੀ ਅਧਿਕਾਰੀ ਉਸ ਦਫ਼ਤਰ ਵਿੱਚ ਨਹੀਂ ਆਇਆ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀਗਾ ਜਾਂਚ ਕਰਨ ਲਈ। ਠੀਕ ਹੈ,
ਉੱਥੇ ਦੋ ਪੁਲਿਸ ਵਾਲੇ ਪਹਿਰਾ ਦੇ ਰਹੇ ਸੀ, ਜਿਹੜੀਆਂ ਫਾਈਲਾਂ ਵਗੈਰਾ ਉਹ ਕਮਰੇ ਦੇ ਬਾਹਰ, 3 ਸਾਲਾਂ ਤੋਂ ਦੋ ਪੁਲਿਸ ਵਾਲਿਆਂ ਦੀ ਗਾਰਡ ਲੱਗੀ ਹੋਈ ਆ, ਉੱਥੇ ਕੋਈ ਵੀ ਅਧਿਕਾਰੀ ਨਹੀਂ ਆਇਆ। ਇਹਦਾ ਮਤਲਬ CBI ਪਹਿਲਾਂ ਹੀ ਫੈਸਲਾ ਕਰ ਚੁੱਕੀ ਸੀ ਵੀ ਅਸੀਂ ਕੀ ਨਤੀਜਾ ਦੇਣਾ ਹੈਗਾ, ਤੇ ਇਹ ਨਤੀਜਾ ਪਹਿਲਾਂ ਤੋਂ ਇੱਕ ਤਰ੍ਹਾਂ ਨਾਲ ਮਿਥ ਲਿਆ ਗਿਆ ਸੀ, ਤੇ CBI ਨੇ ਉਸ ਮਾਮਲੇ 'ਚ ਜਾਂਚ ਹੀ ਨਹੀਂ ਕੀਤੀ, ਸਿਰਫ ਕਾਗਜ਼ੀ ਪੱਤਰੀ ਚੰਡੀਗੜ੍ਹ ਬੈਠ ਕੇ ਆਪਣੀ ਜਿਹੜੀ ਕਲੋਜ਼ਰ ਰਿਪੋਰਟ ਆ ਉਹਦੇ 'ਚੋਂ ਇਹ ਮਨਸ਼ਾ ਵੀ ਲੱਗਦਾ ਵੀ ਸਿਰਸੇ ਵਾਲੇ ਨੂੰ ਤੇ ਅਕਾਲੀ ਦਲ ਨੂੰ ਬਚਾਉਣ ਦਾ ਜਿਹੜਾ ਯਤਨ ਆ CBI ਨੇ ਕਰਿਆ। ਇਹ ਇੱਕ ਚੀਜ਼ ਅਵਤਾਰ ਸਿੰਘ ਥੋੜੇ ਕਲੀਅਰ ਕਰਿਓ, ਜਿੱਦਾਂ ਕਿ ਪਿਛਲੇ ਦਿਨਾਂ ਤੋਂ ਇਹ ਬਹੁਤ ਰਾਮ ਰੌਲਾ ਪਿਆ ਹੋਇਆ ਕਿ ਦੇਖੋ ਜੀ ਉੱਥੇ ਅਸੈਂਬਲੀ ਦੇ ਵਿੱਚ ਮਤਾ ਵੀ ਪਾਸ ਕਰਤਾ ਸੀ, ਨੋਟੀਫਿਕੇਸ਼ਨ ਵੀ ਕਰਤਾ ਸੀ ਵੀ ਜਿਹੜੀ CBI ਤੋਂ ਪੰਜਾਬ ਗਵਰਨਮੈਂਟ ਨੂੰ ਮਤਲਬ ਇੱਕ ਮਤਾ ਪਾਸ ਕਰਕੇ ਕਹਿਤਾ ਕਿ ਜਿਹੜੀ ਜਾਂਚ ਹੈ ਵਾਪਸ ਲੈ ਲਈ ਜਾਵੇ, ਤੇ ਉਹ ਵੀ ਜਿੱਦਾਂ ਪੰਜਾਬ ਸਰਕਾਰ ਤੇ ਜਿੱਦਾਂ ਇਹ ਦੋਸ਼ ਲੱਗ ਰਿਹਾ ਕਿ ਉਹਨਾਂ ਨੇ ਇਹ ਜਿਹੜੀ ਜਾਂਚ ਸੀ CBI ਨੂੰ ਲਿਖਿਆ ਹੀ ਨਹੀਂ, ਰਿਪੋਰਟ ਵਾਪਸ ਰਿਪੋਰਟ ਨਹੀਂ ਉਹਨਾਂ ਤੋਂ ਜਾਂਚ ਵਾਪਸ ਲਈ ਨਹੀਂ। ਤੇ ਇਹ ਤਾਂ ਫਿਰ ਹੁਣ ਟੈਕਨੀਕਲ ਗਲਤੀਆਂ ਵੀ ਸਰਕਾਰਾਂ ਜੋ ਕੁਛ ਮੂੰਹ ਤੇ ਕਹਿੰਦੀਆਂ, ਜਿਸ ਤਰ੍ਹਾਂ ਆਪਾਂ ਦੱਸਿਆ ਵੀ ਅਕਾਲੀ ਦਲ ਨੇ ਲੋਕਾਂ ਦੀ ਅੱਖਾਂ ਪੂੰਝਣ ਲਈ ਉਹ CBI ਨੂੰ ਦਿੱਤੀ, ਇਸ ਤਰ੍ਹਾਂ ਜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਟੈਕਨੀਕਲੀ ਇਹ ਗਲਤੀ ਕੀਤੀ ਆ, ਜੇ ਕੀਤੀ ਹੈਗੀ ਆ ਤਾਂ ਅਸੀਂ ਕਹਿ ਸਕਦੇ ਹਾਂ ਵੀ ਉਹ ਵੀ ਇੱਕ ਤਰ੍ਹਾਂ ਨਾਲ ਕਿਸੇ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਹੀਂ ਦੇਣਾ ਚਾਹੁੰਦੇ, ਉਹ ਵੀ ਜਸਟ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਪਣੇ ਹੱਕ ਵਿੱਚ ਕੈਸ਼ ਕਰਕੇ ਇਹਨੂੰ ਵੋਟਾਂ ਤੱਕ ਹੀ ਸੀਮਿਤ ਰੱਖਣਾ ਚਾਹੁੰਦੇ ਆ। ਹਾਂਜੀ, ਕੈਪਟਨ ਅਮਰਿੰਦਰ ਸਿੰਘ ਦਾ ਸਾਨੂੰ ਲੱਗਦਾ ਵੀ ਮਨਸ਼ਾ ਇਹ ਆ ਵੀ ਬਾਦਲ ਪਰਿਵਾਰ ਨੂੰ ਵੀ ਬਚਾਇਆ ਜਾਵੇ ਤੇ ਬਾਕੀ ਜਿਹੜੇ ਦੋਸ਼ੀ ਪੁਲਿਸ ਅਫਸਰ ਆ ਉਹਨਾਂ ਨੂੰ ਵੀ ਬਚਾਇਆ ਜਾਵੇ, ਪਰ ਸਿੱਖਾਂ ਨੂੰ ਇੱਕ ਖਿਡਾਉਣਾ ਜਿਹਾ ਦੇ ਕੇ ਉਹਨਾਂ ਨੂੰ ਖੇਡਣ ਲਾ ਦਿਓ ਵੀ ਸਿੱਖ ਨਾਰੇ ਨੂਰੇ ਮਾਰ ਕੇ ਆਖਰ ਨੂੰ, ਕਿਉਂਕਿ ਅਕਾਲੀ ਦਲ ਵਿਰੁੱਧ ਗੁੱਸਾ ਪੈਦਾ ਹੋ ਜਾਏਗਾ ਸਿੱਖਾਂ ਵਿੱਚ ਤੇ ਵੋਟਾਂ ਨੇ ਜਿਹੜੀਆਂ ਕਾਂਗਰਸ ਨੂੰ ਪੈ ਜਾਣ। ਤੇ ਸਾਨੂੰ ਲੱਗਦਾ ਵੀ ਜੇ ਜੇ ਕਾਂਗਰਸ ਪਾਰਟੀ ਨੇ ਜਾਂ ਅਮਰਿੰਦਰ ਸਿੰਘ ਨੇ ਉਹਨਾਂ ਤੋਂ ਜਾਂਚ ਵਾਪਸ ਲੈਣ ਦਾ ਕਾਗਜ਼ ਪੱਤਰ ਤਿਆਰ ਹੀ ਨਹੀਂ ਕੀਤੇ, ਤੇ ਮੈਨੂੰ ਲੱਗਦੀ ਜਦੋਂ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਆ CBI ਨੂੰ ਉਦੋਂ ਲੱਗ ਗਿਆ ਸੀਗਾ ਵੀ ਸਾਨੂੰ ਹੁਣ ਜਾਂਚ ਕਰਨ ਦੀ ਲੋੜ ਨਹੀਂ, ਤੇ ਕਾਗਜ਼ ਪੱਤਰ ਉਹਨਾਂ ਨੇ ਦਿੱਤੇ ਆ ਜਾਂ ਨਹੀਂ ਦਿੱਤੇ, ਮੈਨੂੰ ਲੱਗਦੀ CBI ਆਪ ਹੀ ਆਪਣੇ ਤੌਰ ਤੇ ਜਾਂਚ ਬੰਦ ਕਰਕੇ ਬੈਠੀ ਸੀ। ਮਤਲਬ ਆਪਾਂ ਹੁਣ ਇਹਨੂੰ ਜਿਹੜੇ ਆ ਜਿਹੜੇ ਪੰਜਾਬ ਦੇ ਲੋਕ ਆ ਖਾਸ ਤੌਰ ਤੇ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਸ਼ਰਧਾ ਰੱਖਦੇ ਆ, ਗੁਰੂ ਗ੍ਰੰਥ ਸਾਹਿਬ ਲਈ ਕੁਝ ਵੀ ਕਰ ਸਕਦੇ, ਆਪਣਾ ਆਪ ਵੀ ਕੁਰਬਾਨ ਕਰ ਸਕਦੇ ਆ, ਉਹ ਕੀ ਸਮਝਣ ਵੀ ਇਹ ਜਿਹੜੀਆਂ ਸਰਕਾਰਾਂ, ਚਾਹੇ ਉਸ ਵੇਲੇ ਅਕਾਲੀ ਸਰਕਾਰ ਸੀ ਜਾਂ ਹੁਣ ਉਦੋਂ ਬਾਅਦ ਆਪਾਂ ਕਹਿ ਲਈਏ 2015 ਤੋਂ ਲੈ ਕੇ ਹੁਣ ਤੱਕ, ਇਹ ਮੁੱਦੇ ਨੂੰ ਮਤਲਬ ਇੱਕ ਸਿਆਸੀ ਫੁੱਟਬਾਲ ਹੀ ਬਣਾਇਆ ਗਿਆ। ਬਿਲਕੁਲ ਜੀ ਬਿਲਕੁਲ, ਇਹਨੂੰ ਬਿਲਕੁਲ ਸਿਆਸੀ ਫੁੱਟਬਾਲ, ਉਹਨਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਉਸ ਤਰ੍ਹਾਂ ਪਵਿੱਤਰ ਨਹੀਂ ਹੈ, ਖਾਸ ਕਰਕੇ ਰਾਜ ਸੱਤਾ ਚਲਾ ਰਹੀਆਂ ਚਾਹੇ ਉਹ ਪੋਲੀਟੀਕਲ ਅਫਸਰ ਨੇ ਸੋਰੀ ਪੋਲੀਟੀਕਲ ਲੀਡਰ ਨੇ, ਚਾਹੇ ਪੁਲਿਸ ਅਫਸਰ ਨੇ ਜਾਂ DC ਜਾਂ IAS ਪੱਧਰ ਦੇ ਹੋਰ ਅਫਸਰ ਨੇ, ਉਹਨਾਂ ਲਈ ਇਹ ਕੋਈ ਮੁੱਦਾ ਨਹੀਂ, ਉਹਨਾਂ ਲਈ ਤਾਂ ਬਸ ਪੈਸੇ ਕਮਾਉਣ ਦਾ ਸਾਧਨ ਆ, ਰਾਜਨੀਤੀ ਇਸ ਵੇਲੇ ਬਿਜ਼ਨਸ ਆ, ਪੋਲੀਟੀਕਲ ਲੀਡਰ ਵੀ ਪੈਸੇ ਕਮਾ ਰਹੇ ਆ, ਪੁਲਿਸ ਅਫਸਰ ਵੀ ਪੈਸੇ ਕਮਾ ਰਹੇ ਆ, IAS ਅਫਸਰ ਤੇ ਹੇਠਲੇ ਅਫਸਰ ਵੀ ਸਿਰਫ ਆਪਣੇ ਪੈਸੇ ਬਣਾਉਣ ਦੀ ਦੌੜ ਲੱਗੀ ਹੋਈ ਆ, ਕਿਸੇ ਦਾ ਗੁਰੂ ਗ੍ਰੰਥ ਸਾਹਿਬ ਨਾਲ ਉਸ ਤਰ੍ਹਾਂ ਦਾ ਮੂੰਹ ਨਹੀਂ। ਜਿਹੜੇ ਸੱਤਾ ਨਾਲ ਜੁੜੇ ਹੋਏ ਲੋਕ ਨੇ ਬਿਲਕੁਲ ਇਹਨਾਂ ਦੇ ਮਨ ਨੇ ਜਿਹੜੇ ਭ੍ਰਿਸ਼ਟ ਹੋ ਚੁੱਕੇ ਨੇ, ਇਹ ਭਾਵਨਾਵਾਂ ਜਿਹੜੀਆਂ ਆਮ ਸਧਾਰਨ ਸਿੱਖ ਦੀਆਂ ਨੇ ਕਿ ਉਹ ਆਪਣੇ ਗੁਰੂ ਲਈ ਆਪਣੀ ਜਾਨ ਵੀ ਦੇ ਸਕਦਾ ਹੈ। ਸੋ ਇਹ ਤਾਂ ਹੁਣ ਸਾਡੇ ਆਪਣੇ ਸਿੱਖਾਂ ਸਿੱਖ ਕੌਮ ਨੂੰ ਹੀ ਸੋਚਣਾ ਵੀ ਉਹ ਸੰਘਰਸ਼ ਕਰਨ, ਸਾਡੇ ਲਈ ਤਾਂ ਸੰਘਰਸ਼ ਹੀ ਹੈਗਾ ਵੀ ਪਹਿਲਾਂ ਵੀ ਆਪਾਂ ਪਿਛਲੇ 70 ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ, ਗਾਹਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕਰਨ ਲਈ ਸਾਨੂੰ ਲਗਾਤਾਰ ਦਬਾਅ ਬਣਾ ਕੇ ਰੱਖਣਾ ਪਊਗਾ ਅਤੇ ਸੰਘਰਸ਼ ਕਰਦਾ ਰਹਿਣਾ ਪਊਗਾ। ਕਿਸੇ ਵੀ ਸਰਕਾਰ ਤੇ ਤੁਹਾਨੂੰ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ ਵੀ ਸਰਕਾਰ ਤੁਹਾਡੀ ਬਾਂਹ ਫੜੇਗੀ, ਸਰਕਾਰ ਜਸਟ ਤੁਹਾਡੀਆਂ ਭਾਵਨਾਵਾਂ ਦਾ ਤੁਹਾਡੇ ਹੰਝੂਆਂ ਦਾ ਵਪਾਰ ਕਰਦੀ ਆ, ਇਹ ਵਪਾਰੀ ਲੋਕ ਨੇ, ਇਹਨਾਂ ਤੋਂ ਕਿਸੇ ਵੀ ਇਹਨਾਂ ਨੇ ਕਿਸੇ ਵੀ ਕੋਈ ਵੀ ਗੁਰੂ ਗ੍ਰੰਥ ਸਾਹਿਬ ਜਾਂ ਦੇਸ਼ ਜਾਂ ਆਪਣੀ ਮਾਂ ਧਰਤੀ ਪੰਜਾਬ, ਪੰਜਾਬ ਦੇ ਪਾਣੀ
ਪੰਜਾਬ ਦੀ ਆਬੋ ਹਵਾ, ਪੰਜਾਬ ਦੀ ਮਾਰੀ ਗਈ ਜਵਾਨੀ ਇਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀ। ਇਹਨਾਂ ਲਈ ਸਾਰੇ ਕੁਰਸੀ ਦੇ ਰਸਤੇ ਨੇ, ਇਹਨਾਂ ਦਾ ਮਤਲਬ ਕੁਰਸੀ ਹਥਿਆਉਣਾ ਹੀ ਹੈ, ਬਾਕੀ ਕੋਈ ਵੀ ਕੰਮ ਕਰਨ ਦੇ ਇਹ ਯੋਗ ਨਹੀਂ ਹਨ। ਕਿਉਂਕਿ ਉਸ ਵੇਲੇ ਜਦੋਂ ਬਰਗਾੜੀ ਮੋਰਚਾ ਲੱਗਾ ਤੇ ਉਦੋਂ ਬਾਅਦ ਜਿਹੜੀ ਤੁਸੀਂ ਆਪ ਹੀ ਗੱਲ ਕੀਤੀ ਕਿ ਜਿਹੜਾ ਪੰਜਾਬ ਦੀ ਅਸੈਂਬਲੀ ਦੇ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੇਸ਼ ਕੀਤੀ ਗਈ ਆ, ਉਦੋਂ ਲੋਕੀ ਇਹ ਸਮਝਣ ਲੱਗ ਗਿਆ ਸੀ ਲੈ ਵੀ ਹੁਣ ਜਿਹੜੀਆਂ, ਕਿਉਂਕਿ ਸੱਤਾ ਚ ਆਉਣ ਤੋਂ ਪਹਿਲਾਂ ਵੀ ਕੈਪਟਨ ਦੇ ਨਾਅਰੇ ਹੁੰਦੇ ਸੀਗੇ ਵੀ ਜਿਹੜੀਆਂ ਇਹ ਬੇਅਦਬੀ ਦੀਆਂ ਪੈੜਾਂ ਆ ਬਾਦਲਾਂ ਦੇ ਘਰਾਂ ਵੱਲ ਨੂੰ ਜਾਂਦੀਆਂ ਆ, ਤੇ ਉਹ ਸਾਰਾ ਕੁਛ ਲੈ ਕੇ ਲੋਕਾਂ ਨੂੰ ਏਦਾਂ ਹੋ ਗਏ ਸੀ ਵੀ ਹੁਣ ਜ਼ਰੂਰ ਜਿਹੜੇ ਆ ਦੋਸ਼ੀ ਪਤਾ ਨਹੀਂ ਕੌਣ ਹੋਵੇ ਉਹ ਫੜਿਆ ਜਾਣਗੇ। ਪਰ ਉਹ ਫੜੇ ਤਾਂ ਕੀ ਜਾਣੇ ਆ, ਇੱਥੋਂ ਤੱਕ ਕਿ ਜਦੋਂ ਇਲੈਕਸ਼ਨ ਲੋਕ ਸਭਾ ਦੀ ਹੋਈ ਆ, ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਮਤਲਬ SIT ਦੀ ਅਗਵਾਈ ਕਰ ਰਿਹਾ, ਉਹਦੇ ਇੱਕ ਮੈਂਬਰ ਵੀ ਆ, ਤੇ ਉਹਨਾਂ ਨੂੰ ਉਸ ਵੇਲੇ ਕੰਮ ਕਰਨ ਤੋਂ ਵੀ ਰੋਕਿਆ ਗਿਆ। ਹੁਣ ਸਵਾਲ ਇਹ ਉੱਠਦਾ ਵੀ ਜਿਹੜੀ ਉਹ SIT ਬਣਾਈ ਆ ਉਹਦਾ ਫਿਰ ਕੀ ਕੰਮ ਰਹਿ ਗਿਆ, ਜਾਂ ਉਹਦਾ ਕੰਮ ਹੈਗਾ ਜਾਂ ਕੁਛ ਉਹ ਸਾਹਮਣੇ ਲਿਆਉਣ ਦੇ ਵਿੱਚ ਕਾਮਯਾਬ ਹੋ ਜਾਊਗੀ, ਜਾਂ SIT ਕੁੰਵਰ ਵਿਜੇ ਪ੍ਰਤਾਪ ਵਾਲੀ ਇਸ ਵੇਲੇ ਵੀ ਉਹ ਕਾਰਵਾਈ ਕਰੂਗੀ, ਜਾਂ ਉਹ ਵੀ ਸਿਰਫ ਲਾਰਾ ਲੱਪਾ ਹੀ ਹੋਊ। ਉਹਦੇ ਚ ਆਪਾਂ ਦੋ ਤਰ੍ਹਾਂ ਦੇ ਆਸਪੈਕਟ ਨੇ। ਮੈਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹੁਣੇ ਇੱਕ ਇੰਟਰਵਿਊ ਆਈ ਆ, ਉਹਦੇ ਵਿੱਚ ਉਹਨੇ ਦੱਸਿਆ ਹੈਗਾ ਜਿਹੜੀ ਆਪਾਂ ਪਹਿਲਾਂ ਗੱਲ ਕਹੀ ਸੀ ਬਈ ਸਾਡਾ ਕੰਮ ਜਿਹੜੇ ਜਿਹੜੀ ਗੋਲੀਆਂ ਚੱਲੀਆਂ ਨੇ ਤੇ ਸਿੰਘ ਸ਼ਹੀਦ ਹੋਏ ਨੇ ਜ਼ਿਆਦਾ ਉਸ ਘਟਨਾ ਵੱਲ ਕੇਂਦਰਿਤ ਕਰਨਾ। ਉਹਦੇ ਚ ਕਿਹੜੇ ਕਿਹੜੇ ਪੁਲਿਸ ਅਫਸਰ ਤੇ ਕੌਣ ਕੌਣ ਸ਼ਾਮਿਲ ਸੀ, ਉਹ ਕਹਿੰਦਾ ਵੀ ਇਹ ਹੈਗਾ ਵੀ ਉਸ ਕਤਲੋ ਗਾਰਤ ਦਾ ਸੰਬੰਧ ਵੀ ਗੁੰਮ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨਾਲ ਸੰਬੰਧਿਤ ਆ, ਵੀ ਇਸ ਕਰਕੇ ਦੋਵੇਂ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਨੇ। ਪ੍ਰਮੋਦ ਕੁਮਾਰ ਉਹਨੇ ਪਿਛਲੇ ਦਿਨ ਜਿੱਦਾਂ ਰੌਲਾ ਪਾਤਾ ਸੀਗਾ ਵੀ ਉਹ ਜਿਹੜਾ ਕੁੰਵਰ ਵਿਜੇ ਪ੍ਰਤਾਪ ਆ ਸਾਡੀ ਗੱਲ ਨੀ ਸੁਣਦਾ, ਉਹ ਆਪਣੇ ਤੌਰ ਤੇ ਵਨ ਮੈਨ ਸ਼ੋ ਕਰ ਰਿਹਾ ਹੈਗਾ। ਇਹਦਾ ਮਤਲਬ SIT ਵੀ ਜੇ ਮਾੜੀ ਮੋਟੀ ਕੋਈ ਜਾਂਚ ਕਰ ਰਹੀ ਆ, ਉਹ ਸਿਰਫ ਤੇ ਸਿਰਫ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਜਾਨ ਤਲੀ ਤੇ ਧਰ ਕੇ ਆਪਣੇ ਸਾਰੇ ਫਿਊਚਰ ਨੂੰ ਦਾਅ ਤੇ ਲਾ ਕੇ ਉਹ ਆਪਣੇ ਤੌਰ ਤੇ ਜਾਂਚ ਕਰ ਰਿਹਾ। ਬਾਕੀ ਜਿਹੜੇ ਤਿੰਨ ਅਫਸਰ ਆ ਉਹਦਾ ਕੋਈ ਸਹਿਯੋਗ ਨੀ ਕਰ ਰਹੇ, ਨਾ ਬਹੁਤਾ ਸਰਕਾਰ ਸਹਿਯੋਗ ਕਰ ਰਹੀ ਆ। ਤਾਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜੇ ਉਹ ਗੁਰੂ ਮਹਾਰਾਜ ਨੇ ਉਹ ਤੋਂ ਸੇਵਾ ਲੈਣੀ ਹੋਈ, ਜਿੰਨੀ ਕੁ ਸੇਵਾ ਉਹ ਕਰ ਗਿਆ ਉਹੀ ਹੋਣੀ ਆ। ਉਹ ਤੋਂ ਬਾਅਦ ਤੁਸੀਂ ਉਮੀਦ ਰੱਖੋ ਵੀ ਉਹ ਤੋਂ ਬਾਹਰ ਜਾ ਕੇ ਕੁਛ ਹੋਊਗਾ, ਮੁੱਖ ਦੋਸ਼ੀਆਂ ਦੀ ਜਿਹਨਾਂ ਦਾ ਆਪਾਂ ਨੂੰ ਪਤਾ ਹੀ ਆ ਵੀ ਰਾਜਨੀਤਿਕ ਲੀਡਰ ਨੇ ਵੀ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਣਗੀਆਂ। ਇਹ ਗ੍ਰਿਫਤਾਰੀਆਂ ਕਦੇ ਵੀ ਨਹੀਂ ਹੋਣਗੀਆਂ। ਤੁਸੀਂ ਦੇਖੋ ਵੀ ਜਦੋਂ ਅਮਰੀਕਾ ਤੱਕ ਜਾ ਕੇ ਉਹ ਪ੍ਰਕਾਸ਼ ਸਿੰਘ ਬਾਦਲ ਦੀ ਗ੍ਰਿਫਤਾਰੀ ਨੂੰ ਰੋਕ ਸਕਦੇ ਆ, ਜਿਹੜੇ ਸੰਮਣ ਹੋਏ ਸੀ ਅਮਰੀਕਾ ਦੇ ਇੰਟੈਲੀਜੈਂਸ ਦੇ ਬੰਦੇ ਉੱਥੇ ਉਹਨਾਂ ਨੇ ਅਦਾਲਤ ਵਿੱਚ ਭੁਗਤਾਏ ਆ, ਉਹਨੂੰ ਗ੍ਰਿਫਤਾਰੀ ਤੋਂ ਬਚਾਇਆ। ਤੇ ਇਸ ਲਈ ਇਹ ਉਮੀਦ ਕਰਨਾ ਵੀ ਉਹਨਾਂ ਦੀ ਪਿਓ ਪੁੱਤ ਦੀ ਗ੍ਰਿਫਤਾਰੀ ਹੋਊਗੀ ਇਹ ਬਿਲਕੁਲ ਅਸੰਭਵ ਆ। ਜਿਸ ਤੇ ਸਰਕਾਰਾਂ ਸਾਨੂੰ ਛੁਣਛਣੇ ਦਿਖਾ ਕੇ ਤੇ ਸਾਡੇ ਹੰਝੂਆਂ ਦਾ ਵਪਾਰ ਕਰ ਰਹੀਆਂ ਨੇ, ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗਾ ਇੱਕ ਅੱਧਾ ਕੋਈ ਜਿਹੜਾ ਇਮਾਨਦਾਰ ਅਫਸਰ ਆ ਦੀ ਘੜੀ ਉਹ ਇਮਾਨਦਾਰੀ ਨਾਲ ਚੱਲ ਰਿਹਾ ਵੀ ਜੇ ਉਹ ਕੁਛ ਨਾ ਕਿਤੇ ਤਣ ਪੱਤਣ ਲਾ ਗਿਆ ਤਾਂ ਗੱਲ ਬਣੂਗੀ, ਵੀ ਫਿਰ ਵੀ ਵੱਡੇ ਦੋਸ਼ੀ ਨੀ ਗ੍ਰਿਫਤਾਰ ਹੋਣਗੇ, ਘੱਟੋ ਘੱਟ ਛੋਟੇ ਪੁਲਿਸ ਵਾਲੇ ਕਿਤੇ ਨਾ ਕਿਤੇ ਜਿਹਨਾਂ ਨੇ ਗੋਲੀਆਂ ਚਲਾਈਆਂ ਨੇ ਉਹਨਾਂ ਨੂੰ ਸਜਾਵਾਂ ਹੋ ਸਕਦੀਆਂ। ਕਿਉਂਕਿ ਜਦੋਂ ਬਰਗਾੜੀ ਮੋਰਚੇ ਦੀ ਸਮਾਪਤੀ ਜਿਸ ਦਿਨ ਹੋਈ ਆ, ਕਾਂਗਰਸ ਦੇ ਵੱਡੇ ਲੀਡਰਾਂ ਨੇ ਮਤਲਬ ਇਹ ਆਪਾਂ ਕਹੀਏ ਮੰਤਰੀਆਂ ਨੇ, ਕੈਬਨਿਟ ਮੰਤਰੀਆਂ ਨੇ ਮਤਲਬ ਉੱਥੇ ਜਾ ਕੇ ਵਾਅਦੇ ਕੀਤੇ ਜੀ ਅਸੀਂ 29 ਬੰਦੇ ਫੜ ਲਏ ਆ ਜਿਹੜੇ ਦੋਸ਼ੀ ਆ, 29 ਬੰਦੇ ਮਤਲਬ ਜਿਹੜੇ ਆ ਪ੍ਰੇਮੀ ਆ ਅੰਦਰ ਦੇ ਦਿੱਤੇ ਆ, ਤੇ ਜਿਹੜੇ ਬਾਕੀ ਮਤਲਬ ਜਿਹੜੇ ਪੁਲਿਸ ਵਾਲੇ ਸੀ ਜਿਹਨਾਂ ਨੂੰ ਪਹਿਲਾਂ ਅਣਪਛਾਤੇ ਕਹਿੰਦੇ ਸੀ ਵੀ ਉਹਨਾਂ ਦੇ ਵੀ ਨਾਂ ਜ਼ਾਹਰ ਕਰਕੇ ਉਹਨਾਂ ਦੇ ਵੀ ਕੇਸ ਹੋਏ, ਲੇਕਿਨ ਕਈਆਂ ਦੀਆਂ ਜ਼ਮਾਨਤਾਂ ਹੋ ਗਈਆਂ, ਕਈ ਉੱਦਾਂ ਹੀ ਹੁਣ ਛੱਡ ਦਿੱਤੇ ਗਏ ਆ, ਤੇ ਮਤਲਬ ਉਹ ਇੱਕ ਡਰਾਮਾ ਸੀ। ਹਾਂਜੀ ਹਾਂਜੀ, ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਯਤਨ ਕਰਿਆ ਵੀ ਬੰਦੇ ਫੜੇ ਜਾਣ, ਮੈਨੂੰ ਲੱਗਦਾ ਵੀ
ਉਮਰਾ ਨੰਗਲ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀ ਵੀ ਉਹਨਾਂ ਨੇ ਸੰਗੀ ਨੱਪਣ ਦੀ ਕੋਸ਼ਿਸ਼ ਕੀਤੀ ਆ ਕੁੰਵਰ ਵਿਜੇ ਪ੍ਰਤਾਪ ਦੇ, ਵੀ ਹੁਣ ਇਹ ਤੋਂ ਅੱਗੇ ਨਾ ਵਧੀ। ਉਹਨਾਂ ਨੇ ਉਹਦੇ ਲਈ ਵੀ ਸੀਮਾਵਾਂ ਕਰਤੀਆਂ ਨੇ ਹੱਦ, ਵੀ ਉਹਦੇ ਚੋਂ ਇਹ ਹੋਊਗਾ ਵੀ ਹੁਣ ਸਾਨੂੰ ਲੱਗਦਾ ਵੀ ਜਿਹੜਾ ਉਮਰਾ ਨੰਗਲ ਆ ਉਹਨੂੰ ਬਰੀ ਕਰ ਦੇਣਗੇ, ਚਰਨਜੀਤ ਸ਼ਰਮੇ ਤੱਕ ਉਹਨਾਂ ਨੇ ਸਾਰੀ ਕਹਾਣੀ ਨਿਬੇੜ ਦੇਣੀ ਆ। ਇਹ ਤੋਂ ਬਾਅਦ ਅੱਗੇ ਗੱਲ ਨਾ ਵਧੇ, ਉੱਪਰ ਮੁੜ ਕੇ ਜਿਹੜਾ ਉਮਰਾ ਨੰਗਲ ਨੂੰ ਕਿਹਨੇ ਨਿਰਦੇਸ਼ ਦਿੱਤੇ, ਉਸ ਨਿਰਦੇਸ਼ ਵਾਲ ਦੇਣ ਵਾਲੇ ਨੂੰ ਅੱਗੇ ਡੀਜੀਪੀ ਨੇ ਕੀ ਨਿਰਦੇਸ਼ ਦਿੱਤੇ, ਡੀਜੀਪੀ ਨੂੰ ਕਿਹਨੇ ਨਿਰਦੇਸ਼ ਦਿੱਤੇ, ਇਹ ਕਹਾਣੀਆਂ ਜਿਹੜੀਆਂ ਸਾਹਮਣੇ ਆਉਣੀਆਂ ਸੀ ਇਹ ਸਾਡੇ ਸਾਹਮਣੇ ਨਹੀਂ ਆਉਣਗੀਆਂ। ਇਹ ਉਹਨਾਂ ਨੇ ਰਾਜਨੀਤੀ ਦੀ ਭੇਟ ਕਰਕੇ ਇੱਥੇ ਹੀ ਦਬਾ ਦੇਣੀ ਆ। ਗੱਲ ਉਹਨਾਂ ਨੇ ਚਰਨਜੀਤ ਸ਼ਰਮੇ ਦੀ ਮਾੜੀ ਮੋਟੀ ਸਜ਼ਾ ਸੁਜਾ ਕਰਾ ਕੇ ਉਹਨਾਂ ਨੇ ਨਿਬੇੜ ਦੇਣੀ ਆ, ਗੱਲ ਗੋਲ ਕਰ ਦੇਣੀ ਆ ਸਾਡੀ। ਪਰ ਜਿੱਦਾਂ ਜੇ ਪੁਲਿਸ ਵਾਲੇ ਫੜ ਵੀ ਲੈ, ਜਿੱਦਾਂ ਅੱਗੇ ਪਿੱਛੇ ਜਿਹੇ ਕੇਸ ਆਏ ਝੂਠੇ ਜਿਹੜੇ ਪੁਲਿਸ ਮੁਕਾਬਲੇ ਵਿੱਚ, ਉਹ ਪੰਜ ਮੁੜ ਕੇ ਸਰਕਾਰ ਨੇ ਰਿਹਾ ਵੀ ਕਰਵਾ ਹੀ ਦਿੱਤੇ ਆ, ਜੇ ਉਹਨਾਂ ਨੂੰ ਮਾੜੀ ਮੋਟੀ ਉਹ ਕਹਿਣਗੇ ਵੀ ਦੇਸ਼ ਦੀ ਏਕਤਾ ਅਖੰਡਤਾ ਲਈ ਕੰਮ ਕਰਦੇ ਸੀ, ਉਹਨਾਂ ਦੀ ਸਚਾਈ ਆ ਜਿਹੜੀ ਉਹ ਹੋ ਜਾਂਦੀ ਹੈ, ਜੇ ਉਹਨਾਂ ਨੂੰ ਸਜਾਵਾਂ ਹੁੰਦੀਆਂ ਉਹਨਾਂ ਨੂੰ ਵੀ ਸਰਕਾਰਾਂ ਛੱਡ ਦਿੰਦੀਆਂ। ਸੋ ਇਹ ਤਾਂ ਸਰਕਾਰਾਂ ਹੀ ਤੈਅ ਕਰਦੀਆਂ ਵੀ ਕੀ ਕਰਨਾ, ਬਾਕੀ ਅਦਾਲਤਾਂ ਮੀਡੀਆ ਇਹ ਉਹ ਤਾਂ ਵਿਚਾਰੇ ਉਹਦੇ ਅੰਡਰ ਹੀ ਚੱਲਦੇ ਹੈਗੇ, ਉਹਨਾਂ ਦੀ ਆਪਣੀ ਕੋਈ ਪੁੱਛ ਪ੍ਰਤੀਤ ਨੀ ਹੈਗੀ ਅਦਾਲਤਾਂ ਦੀ ਜਾਂ ਮੀਡੀਆ ਦੀ, ਉਹ ਤਾਂ ਜਿਸ ਤਰ੍ਹਾਂ ਸਰਕਾਰਾਂ ਚਾਹੁੰਦੀਆਂ ਸਰਕਾਰਾਂ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੀਆਂ, ਸਰਕਾਰਾਂ ਹੀ ਛੱਡ ਦਿੰਦੀਆਂ। ਤੇ ਸਰਕਾਰਾਂ ਦੇ ਇਹੀ ਆ ਵੀ ਪੋਲੀਟੀਕਲ ਸਿਸਟਮ ਗੰਦਾ ਹੀ ਇੰਨਾ ਹੋ ਗਿਆ ਹੋਇਆ ਵੀ ਉਹਦੇ ਚੋਂ ਜਿਹੜੇ ਡੈਮੋਕ੍ਰੇਟਿਕ ਇੰਸਟੀਟਿਊਸ਼ਨਸ ਆ ਉਹਨਾਂ ਦੀ ਕੋਈ ਬੁੱਕਤ ਨੀ ਰਹਿ ਗਈ ਹੋਗੀ, ਸਰਕਾਰਾਂ ਤੇ ਮੰਤਰੀ ਜਿਹੜੇ ਭ੍ਰਿਸ਼ਟ ਹੋਏ ਹੋਏ ਨੇ ਹਾਂਜੀ ਉਹ ਕੀ ਫੈਸਲੇ ਕਰਦੇ ਆ। ਅਵਤਾਰ ਸਿੰਘ ਜੀ, ਇੱਕ ਜਿੱਦਾਂ ਸੰਗਤਾਂ ਦੇ ਵਿੱਚ ਇਹ ਵੀ ਸਵਾਲ ਬੜਾ ਮਤਲਬ ਘੁੰਮ ਰਿਹਾ ਆ ਕਿ ਜਦੋਂ ਬਰਗਾੜੀ ਮੋਰਚੇ ਦੇ ਵਿੱਚ ਜਿਹੜੀਆਂ ਪੰਥਕ ਧਿਰਾਂ ਖਾਸ ਤੌਰ ਤੇ ਸਰਬੱਤ ਖਾਲਸਾ ਨਾਲ ਸੰਬੰਧਿਤ ਜਥੇਦਾਰਾਂ ਨੇ, ਮਤਲਬ ਉਸ ਵੇਲੇ ਖਾਸ ਤੌਰ ਤੇ ਮੈਂ ਨਾਂ ਲੈ ਕੇ ਕਵਾਂਗਾ ਭਾਈ ਧਿਆਨ ਸਿੰਘ ਮੰਡ, ਉਹਨਾਂ ਨੇ ਐਲਾਨ ਕੀਤਾ ਸੀ ਵੀ ਜੇ ਸਰਕਾਰ ਜਿਹੜੀਆਂ ਸਾਡੇ ਨਾਲ ਵਾਅਦੇ ਕਰਕੇ ਗਈ ਹੈ, ਜੇ ਇਹਨਾਂ ਦੇ ਪੂਰਾ ਨਾ ਉਤਰੂਗੀ ਤਾਂ ਅਸੀਂ ਇਹਨਾਂ ਨੂੰ ਇਹਨਾਂ ਦੀਆਂ ਕੋਠੀਆਂ ਦੇ ਵਿੱਚ ਘੇਰਾਂਗੇ ਤੇ ਇਹਨਾਂ ਦੇ ਖਿਲਾਫ ਮਤਲਬ ਆਹ ਕਰਾਂਗੇ ਉਹ ਕਰਾਂਗੇ, ਉਹ ਧਿਰਾਂ ਵੀ ਚੌਪਿਆ। ਹਾਂਜੀ, ਉਹ ਅਸਲ ਤਾਂ ਹੁਣ ਜਦੋਂ ਸਰਬੱਤ ਖਾਲਸਾ ਹੋਇਆ ਸੀ ਉਦੋਂ ਹੀ ਸਿਆਣੀਆਂ ਧਿਰਾਂ ਨੇ ਸ਼ੰਕੇ ਜਿਤਾਏ ਸੀਗੇ ਵੀ ਉਹ ਆਪਣੀ ਉਸ ਖਾਲਸਾ ਭਾਵਨਾ ਤਹਿਤ ਨਹੀਂ ਹੋ ਰਿਹਾ ਤੇ ਉਹਦੇ ਚੋਂ ਜਿਹੜੀ ਲੀਡਰਸ਼ਿਪ ਉੱਪਰ ਕੇ ਸਾਹਮਣੇ ਆ ਰਹੀ ਹੈ, ਉਹਨਾਂ ਨੇ ਉਦੋਂ ਵੀ ਸ਼ੰਕੇ ਜਿਤਾਏ ਸੀ ਵੀ ਉਹ ਖਾਲਸਾਈ ਭਾਵਨਾਵਾਂ ਦੀ ਤਰਜਮਾਨੀ ਕਰਦੀ ਨਹੀਂ ਹੋ ਸਕਦੀ, ਮਤਲਬ ਕਿ ਉਹ ਬੰਦੇ ਕਮਜ਼ੋਰ ਨੇ। ਉਦੋਂ ਹੀ 2015 ਚ ਇਹ ਜਿਹੜੀਆਂ ਸਿਹਰਦ ਪੰਥਕ ਧਿਰਾਂ ਉਹਨਾਂ ਨੇ ਕਿਹਾ ਸੀਗਾ ਵੀ ਬੰਦੇ ਕਮਜ਼ੋਰ ਨੇ, ਇਹ ਉਸ ਲੈਵਲ ਤੱਕ ਨਿਭਣਗੇ ਨੀ। ਉਹ ਹੁਣ ਆਪਾਂ ਦੇਖ ਹੀ ਰਹੇ ਹਾਂ ਵੀ ਉਹ ਉਹਨਾਂ ਦਾ ਕਹਿਣਾ ਪੰਥਕ ਧਿਰਾਂ ਦਾ ਇੱਕ ਤਰ੍ਹਾਂ ਨਾਲ ਉਹ ਸੱਚਾ ਸਾਬਤ ਹੋ ਰਿਹਾ ਵੀ ਉਸ ਤਰ੍ਹਾਂ ਨਹੀਂ ਨਿਭੇ, ਕਿਵੇਂ ਤਿੰਨ ਜਥੇਦਾਰਾਂ ਦਾ ਆਪਸੀ ਕਾਟੋ ਕਲੇਸ਼ ਆ ਜਿਹੜਾ ਉਹਦੇ ਚੋਂ ਆਪਾਂ ਦੇਖ ਸਕਦੇ ਹਾਂ ਵੀ ਫਿਰ ਸਿੱਖੀ ਦੇ ਚਰਿੱਤਰ ਵਾਲੀ ਗੱਲ ਤਾਂ ਕਿਧਰੇ ਵੀ ਨੀ ਰਹਿ ਗਈ, ਸਿੱਖੀ ਦਾ ਦਰਦ ਤਾਂ ਕਿਧਰੇ ਵੀ ਨਹੀਂ ਰਹਿ ਗਿਆ, ਕਿੱਥੇ ਸਿੱਖ ਹੁੰਦੇ ਸੀਗੇ ਵੀ ਐਨ ਜੰਗਾਂ ਜਿੱਦਾਂ ਵਿੱਚ ਲੜਦੇ ਹੋਏ ਵੀ ਇਹ ਕਰਦੇ ਸੀਗੇ ਵੀ ਤੂੰ ਨਿਕਲ ਜਾ ਵੀ ਮੈਂ ਬਚਾਉਂਦਾ ਹੈਗਾ ਤੈਨੂੰ, ਇੱਕ ਦੂਜੇ ਨੂੰ ਬਚਾਉਣ ਦਾ ਵੀ ਹਾਂ ਵੀ ਚਲੋ ਜੇ ਮੈਂ ਮਰ ਜਾਵਾਂ ਕੋਈ ਗੱਲ ਨੀ ਦੂਜੇ ਸਿੰਘ ਆ ਬਚਣੇ ਚਾਹੀਦੇ, ਸੋ ਇਹ ਭਾਵਨਾ ਸੀ ਜਿਹੜੀ ਉਹ ਤਾਂ ਕਿਤੇ ਨੀ, ਉਹ ਤਾਂ ਛੋਟੀ ਛੋਟੀਆਂ ਗੱਲਾਂ ਪਿੱਛੇ ਆਪਸ ਚ ਮਤਲਬ ਉਹਨਾਂ ਦੇ ਵੀ ਵੱਧ ਹੀ ਰਹਿ ਗਿਆ ਜਿੱਦਾਂ ਲੋਕਾਂ ਦੇ ਨਾਲ ਸੰਗਤਾਂ ਨੂੰ ਇੱਕ ਕਮਜ਼ੋਰ ਲੀਡਰ ਆ ਭਾਜੀ, ਇਹ ਕਮਜ਼ੋਰ ਲੀਡਰ ਹੈਗੇ ਆ, ਆਪਾਂ ਨੂੰ ਇਹਨਾਂ ਤੋਂ ਉਮੀਦਾਂ ਨਹੀਂ ਰੱਖਣੀਆਂ ਚਾਹੀਦਾ। ਹਾਂ, ਜਿੰਨਾ ਕੁ ਉਹਨਾਂ ਨੇ ਕਰਿਆ ਕੰਟਰੀਬਿਊਟ ਬਸ ਇੱਥੋਂ ਤੱਕ ਹੀ ਹੋਣਾ, ਇਹਨਾਂ ਤੋਂ ਜ਼ਿਆਦਾ ਆਪਾਂ ਉਮੀਦਾਂ ਜੇ ਕਰੀਏ ਵੀ ਉਹ ਨਿਭਣਗੇ, ਸਰਕਾਰਾਂ ਨਾਲ ਟੱਕਰ ਲੈਣਗੇ, ਉਹਨਾਂ ਦੀਆਂ ਆਪਣੀਆਂ ਸੀਮਤਾਈਆਂ ਨੇ, ਮਜਬੂਰੀਆਂ ਨੇ, ਪਰਿਵਾਰਕ ਮਜਬੂਰੀਆਂ ਨੇ, ਸਿਆਸੀ ਮਜਬੂਰੀਆਂ ਨੇ, ਸਮਾਜਿਕ ਮਜਬੂਰੀਆਂ ਨੇ, ਉਹ ਜਿਹੜੀਆਂ ਮਜਬੂਰੀਆਂ ਪੰਥ ਤੇ ਭਾਰੂ ਪੈ ਰਹੀਆਂ, ਪੰਥ ਨੂੰ ਕਿਸੇ ਦਲੇਰ ਨਿਰਪੱਖ ਸਪਸ਼ਟ ਤੇ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕੀਏ ਵੀ ਰੂਹਾਨੀ ਸ਼ਖਸੀਅਤ ਦੀ ਲੋੜ ਆ,
ਜਿਹੜੇ ਪੰਥ ਵਾਰ ਵਾਰ ਲੱਭ ਰਿਹਾ ਇਹਨਾਂ ਲੋਕਾਂ ਚੋਂ, ਪਰ ਉਹ ਲੋਕ ਕਮਜ਼ੋਰ ਨੇ, ਉਹ ਸਾਨੂੰ ਨਹੀਂ ਲੱਭ ਰਹੇ। ਤੇ ਇਹਦੇ ਨਾਲ ਹੀ ਇੱਕ ਜਿੱਦਾਂ ਹੁਣ ਆਪਾਂ ਸੀਬੀਆਈ ਦੀ ਵੀ ਜੀ ਗੱਲ ਕੀਤੀ ਆ, ਤੇ ਜਿਹੜੀ ਪੰਜਾਬ ਸਰਕਾਰ ਵੱਲੋਂ SIT ਬਣਾਈ ਉਹਦੀ ਵੀ ਕੀਤੀ ਆ, ਤੇ ਇੱਕ ਇਹਦੇ ਨਾਲ ਹੀ ਕੇਸ ਹੋਰ ਖੁੱਲ ਗਿਆ ਜਿਹੜਾ, ਮਤਲਬ ਜਿਹਦਾ ਸੰਬੰਧ ਹੈ ਨਕੋਦਰ ਕਾਂਡ ਦੇ ਨਾਲ ਆ, ਹਾਂਜੀ ਹਾਂਜੀ, ਤੇ ਉਹਦੇ ਬਾਰੇ ਵੀ ਥੋੜਾ ਬਹੁਤ ਜਾਣਕਾਰੀ ਦਿਓਗੇ ਵੀ ਉਹ ਹੁਣ ਜਿਹਦਾ ਖੁੱਲਣ ਦਾ ਮਤਲਬ ਕੀ ਆ, ਉਹ ਵੀ ਕੁਛ ਹੋਊਗਾ ਜਾਂ ਉਹ ਵੀ ਇੱਕ ਸਿਰਫ ਮਤਲਬ ਅਥਰੂ ਪੂੰਝਣ ਵਾਲੀ ਗੱਲ ਹੋਊਗੀ? ਨਹੀਂ ਦੇਖੋ ਜੀ, ਉਹ ਕੋਈ ਸਰਕਾਰਾਂ ਨੇ ਨਹੀਂ ਖੋਲਿਆ, ਉਹ ਤਾਂ ਜਿਹੜਾ ਇੱਕ ਸਿੱਖ ਨੌਜਵਾਨ ਸ਼ਹੀਦ ਹੋਇਆ ਸੀ ਉੱਥੇ, ਹਾਂਜੀ, ਉਹਦੇ ਪਿਤਾ ਦੀ ਪੈਰਵਾਈ ਕਰ ਰਹੇ ਆ, ਉਹਨਾਂ ਨੇ ਹਾਈ ਕੋਰਟ ਵਿੱਚ ਰਿੱਟ ਪਾਈ ਹੋਈ ਸੀ, ਠੀਕ, ਹਾਈ ਕੋਰਟ ਤੇ ਉਸ ਰਿੱਟ ਨੂੰ ਮਨਜ਼ੂਰ ਕਰਦਿਆਂ ਜਿਹੜੇ ਦੋਸ਼ੀ ਪੁਲਿਸ ਅਫਸਰ ਨੇ, ਕੁਛ ਹਾਂ ਪੁਲਿਸ ਅਫਸਰ ਤੇ ਸਿਵਲ ਅਫਸਰ, ਇੱਕ ਤਾਂ ਮੁਹੰਮਦ ਇਜ਼ਹਾਰ ਆਲਮ ਜਿਹੜੇ ਉਦੋਂ SSP ਸੀ ਉੱਥੋਂ ਦੇ ਠੀਕ ਕਪੂਰਥਲੇ ਦੇ, ਤੇ ਦੂਜੇ ਹੈਗੇ ਆ ਜਿਹੜੇ ਦਰਬਾਰਾ ਸਿੰਘ ਗੁਰੂ ਜਿਹੜੇ SDM ਸੀ, ਠੀਕ ਆ, ਇਹਨਾਂ ਦੇ ਆਪਾਂ ਕਹਿ ਸਕਦੇ ਹਾਂ ਵੀ ਜਿਹਨਾਂ ਦੇ ਹੁਕਮਾਂ ਤੇ ਜਾਂ ਜਿਹਨਾਂ ਦੇ ਕਾਗਜ਼ਾਂ ਤੇ ਸਾਈਨ ਕਰਨ ਕਾਰਨ ਹੀ ਉਹ ਜਿਹੜਾ ਕਾਂਡ ਵਾਪਰਿਆ ਸੀ, ਉੱਥੇ 4 ਸਿੱਖ ਨੌਜਵਾਨ ਸ਼ਹੀਦ ਹੋ ਗਏ ਸੀ, ਹਨਾ, ਠੀਕ ਆ, ਉਹਨਾਂ ਨੂੰ ਰਿੱਟ, ਕਿਉਂਕਿ ਰਿੱਟ ਦੇ ਜਵਾਬ ਚ ਫਿਰ ਜਿਹੜੀ ਮਦਦ ਦੂਜੀ ਧਿਰ ਹੁੰਦੀ ਆ, ਦੋਸ਼ੀ ਧਿਰ, ਉਹਨੂੰ ਉਹਨਾਂ ਨੇ ਸੰਮਨ ਕਰਨੇ ਹੁੰਦੇ ਆ, ਉਹਨਾਂ ਨੂੰ ਸੰਮਨ ਕਰਿਆ, ਉਹਨਾਂ ਨੇ ਪਿਤਾ ਜੀ ਨੇ, ਉਹ ਸ਼ਹੀਦ ਸਿੱਖ ਨੌਜਵਾਨ ਦੇ ਪਿਤਾ ਨੇ ਇਹ ਪਾਈ ਹੈਗੀ ਆ ਵੀ CBI ਤੋਂ ਜਾਂਚ ਕਰਾਈ ਜਾਵੇ, ਕਿਉਂਕਿ ਉਹਦੇ ਬਾਰੇ ਇੱਕ ਕਮਿਸ਼ਨ ਬਣਿਆ ਸੀ, ਜਿੱਦਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਆ ਨਾ, ਹਾਂਜੀ ਹਾਂਜੀ, ਏਦਾਂ ਇੱਕ ਕਮਿਸ਼ਨ ਬਣਿਆ ਸੀ, ਕਮਿਸ਼ਨ ਨੇ ਰਿਪੋਰਟ ਦਿੱਤੀ ਸੀ, ਉਹ ਰਿਪੋਰਟ ਇਹਨਾਂ ਨੇ ਦੱਬ ਲਈ, ਇਹਦਾ ਮਤਲਬ ਉਹ ਰਿਪੋਰਟ ਪੁਲਿਸ ਵਾਲਿਆਂ ਦੇ ਖਿਲਾਫ਼ ਜਾਂਦੀ ਹੈਗੀ ਆ, ਤੇ ਠੀਕ, ਪ੍ਰਸ਼ਾਸਨ ਦੇ ਖਿਲਾਫ਼ ਜਾਂਦੀ ਹੈਗੀ ਆ, ਸੋ ਇਹ ਰਾਜਨੀਤਿਕ ਕਾਰਨਾਂ ਕਰਕੇ, ਮਤਲਬ ਕਹਿ ਲਈਏ ਵੀ ਜਿਹੜੀਆਂ ਇਦਾਂ ਜਾਂਚ ਕਮਿਸ਼ਨ ਬਣਦੇ ਆ, ਰਿਪੋਰਟਾਂ ਆਉਣੀਆਂ, ਚਾਹੇ ਉਹ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਵਾਲੀ ਹੋਵੇ ਜਾਂ ਖਾਲੜਾ ਸਾਹਿਬ ਦੀ ਹੋਵੇ ਜਾਂ ਇਹ ਨਕੋਦਰ, ਮਤਲਬ ਜਿਹਨਾਂ ਦੇ ਪੁਲਿਸ ਵੱਲੋਂ ਮਤਲਬ ਇਸ਼ਾਰਾ ਜਾਂਦਾ ਜਾਂ ਇਹਨਾਂ ਨੂੰ ਸਰਕਾਰਾਂ ਨੂੰ ਉਹਦੇ ਚ ਦੋਸ਼ੀ ਦੱਬ ਲੈਂਦੇ ਆ ਜੀ, ਦੱਬ ਲੈਂਦੇ ਆ, ਏਦਾਂ ਹੀ ਏਦਾਂ ਹੀ ਵੀ ਜਦੋਂ ਵੀ ਉਹਨਾਂ ਨੂੰ ਲੱਗਦਾ ਨਾ ਵੀ ਅਸੀਂ ਫਸਦੇ ਹੈਗੇ ਆ, ਤਾਂ ਉਹਨਾਂ ਉਹਨਾਂ ਕੋਲ ਇੱਕ ਪਾਵਰ ਹੈਗੀ ਆ, ਵਿਧਾਨ ਸਭਾ ਚ ਮਤਾ ਪਾ ਕੇ ਉਹ ਕਹਿ ਦਿੰਦੇ ਵੀ ਅਸੀਂ ਇਹ ਜਾਂਚ ਆ ਜਿਹੜੀ ਪਬਲਿਕ ਨਹੀਂ ਕਰਾਂਗੇ, ਠੀਕ ਆ, ਇੱਥੇ ਹੀ ਬੰਦ ਕਰ ਦੇਂਗੇ, ਸੋ ਇੱਥੇ ਬੰਦ ਕਰਕੇ ਉਹ ਸਮੇਟ ਦਿੰਦੇ ਆ, ਲੋਕ ਮੁੜ ਕੇ ਭੁੱਲ ਭੁਲਾ ਜਾਂਦੇ ਨੇ, ਪਰ ਉਹ ਗੱਲ ਦੁਬਾਰੇ ਵਾਪਸ ਆਈ ਆ, ਕਿਉਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਵਾਪਸ ਆਈ ਆ, ਹੁਣ ਦੇਖੋ ਵੀ CBI ਨੂੰ ਜਾਂਚ ਲੱਗਦੀ ਆ, ਮੁੜ ਕੇ CBI ਇਮਾਨਦਾਰੀ ਨਾਲ ਕਰਦੀ ਆ ਜਾਂ ਨਹੀਂ ਕਰਦੀ, ਇਹ ਬਹੁਤ ਬਹੁਤ ਗੱਲਾਂ ਨੇ ਜਿਹੜੀਆਂ ਪੁਲਸ ਐਂਡ ਪ੍ਰੈਸ਼ਰ ਆ ਰਾਜਨੀਤੀ ਦੇ, ਜਿਹੜੇ ਹਾਂਜੀ ਸਾਰੇ ਇਹਨੂੰ ਪ੍ਰਭਾਵਿਤ ਕਰਦੇ ਆ, ਦੇਖੋ ਅੱਗੇ ਕੀ ਬਣਦਾ। ਤੁਸੀਂ ਜਿੱਦਾਂ ਪਹਿਲਾਂ ਵੀ ਕਹਿ ਚੁੱਕੇ ਆ ਕਿ ਜਿਹੜੀ CBI ਹੈ ਇੱਕ ਜਿੱਦਾਂ ਇੰਡੀਪੈਂਡੈਂਟ ਤੌਰ ਤੇ ਬਹੁਤ ਕੰਮ ਉਹਨਾਂ ਨੇ ਕਈ ਕੇਸਾਂ ਦੇ ਵਿੱਚ ਵਧੀਆ, ਜੇ ਆਪਾਂ ਰਾਮ ਰਹੀਮ ਵਾਲਾ ਕੇਸ ਵੀ ਲੈ ਲਈਏ ਉਹਦੇ ਚ ਵੀ ਦੇਖ ਲਈਏ ਜਾਂ ਹੋਰ ਵੀ ਕੇਸਾਂ ਦੇ ਵਿੱਚ ਜਿੰਨੇ ਵੀ ਆ ਜਿਹੜੇ ਖੋਤੀ ਸਾਧੂ ਸੀ ਉਹ ਫੜੇ ਆ, ਉਹਨਾਂ ਨੂੰ ਵੀ ਜੇਲ੍ਹਾਂ ਚ ਦਿੱਤਾ ਆ, ਪਰ ਕੁਝ ਲੋਕਾਂ ਦਾ ਕਹਿਣਾ ਅਵਤਾਰ ਸਿੰਘ ਜੀ ਵੀ ਜਿਹੜਾ CBI ਹੈ ਇਹ ਇਸ ਵੇਲੇ ਕੇਂਦਰ ਸਰਕਾਰ ਦਾ ਤੋਤਾ ਬਣ ਕੇ ਰਹਿ ਗਈ ਆ। ਨਹੀਂ ਆਪਾਂ ਪੂਰੀ ਤਰ੍ਹਾਂ ਉਹਨੂੰ ਦੋਸ਼ੀ ਨੀ, ਮੈਂ ਨੀ ਠਹਿਰਾਉਂਦਾ ਉਹਨੂੰ ਪੂਰੀ ਤਰ੍ਹਾਂ ਦੋਸ਼ੀ, ਜਿਹਨੇ ਕਿਉਂਕਿ ਸਾਡੇ ਸਾਹਮਣੇ ਹੁਣ ਕੇਸ ਪਏ ਆ ਨਾ, ਆਪਾਂ ਤਾਂ ਇਹ ਕਹੀਏ ਵੀ ਮਤਲਬ ਕੋਈ ਵੀ ਕੇਸ ਨਹੀਂ ਸਾਡਾ ਹੱਲ ਹੋਇਆ ਹੋਵੇ, ਫੇਰ ਤਾਂ ਆਪਾਂ ਕਹੀਏ ਵੀ ਉਹਦਾ ਤੋਤਾ ਬਣੀ ਹੋਈ। ਹਾਂ ਜਿਹੜੀ ਰਾਜਨੀਤਿਕ ਇਹ ਹੈਗੀ ਆ ਵੀ ਉਹ ਸੈਂਟਰ ਦੇ ਅੰਦਰ ਆ, ਉਹ ਜਿਹੜੀ ਹੋਰ ਪੋਲੀਟੀਕਲ ਗੇਮਾਂ ਨੇ ਨਾ ਵੀ ਜਿੱਦਾਂ ਕਾਂਗਰਸ ਨਾਲ ਭਾਜਪਾ ਦੀ ਚੱਲ ਰਹੀ ਹੈ ਲੜਾਈ, ਉਹਦੇ ਚੋਂ ਕਿਸੇ ਕਾਂਗਰਸੀ ਲੀਡਰ ਨੂੰ ਫੜਨਾ ਹੋਵੇ ਫਿਰ ਉਹਦੇ ਤੇ CBI ਦਾ ਛਾਪਾ, ਟੈਕਸ ਦਾ ਛਾਪਾ ਮਰਾਤਾ, ਹੋਰ ਉਹਦੇ ਕੱਢ ਲਏ, ਕੋਈ ਏਦਾਂ ਦੇ ਚੱਕਰ ਆ। CBI ਨੇ ਇਹਦਾ ਮਤਲਬ ਇਹ ਬਹੁਤ ਸਾਰੇ ਕੇਸਾਂ, ਹਾਲਾਂਕਿ ਸਾਰੇ ਕੇਸਾਂ ਚ ਨਹੀਂ ਪਰ ਬਹੁਤ ਸਾਰੇ ਕੇਸਾਂ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਇਨਸਾਫ਼ ਲੈ ਕੇ ਦਿੱਤਾ, ਚਾਹੇ ਖਰੜਾ ਸਾਹਿਬ ਵਾਲਾ ਕੇਸ ਆਪਾਂ ਦੇਖ ਸਕਦੇ ਹਾਂ, ਸੱਜਣ ਕੁਮਾਰ ਵਾਲੇ ਕੇਸ ਚ ਹੁਣ ਹੋਇਆ ਹੈਗਾ, ਹਨਾ, ਉਸ ਤੋਂ ਬਾਅਦ ਆਪ ਪਿਛਲੇ ਤੁਸੀਂ ਰੀਸੈਂਟਲੀ ਦੇਖੋ ਪਿਛਲੇ 6 ਮਹੀਨਿਆਂ ਚ ਹੀ ਕਾਫੀ ਸਾਰੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਵੀ ਜਿਹੜੇ ਉਹਨਾਂ ਨੂੰ ਜੇਲ੍ਹਾਂ ਹੋਈਆਂ ਨੇ। ਸੋ ਆਪਾਂ CBI ਤੇ ਬਿਲਕੁਲ
ਉਹਨੂੰ ਅੰਨੇਵਾਹ ਦੋਸ਼ ਨਾ ਲਾਈਏ। ਉਹਦੇ ਜਿੱਥੇ ਜਿਸ ਕੇਸ ਵਿੱਚ ਉਹਨੇ ਵਧੀਆ ਕੰਮ ਕਰਿਆ ਸਾਨੂੰ ਸ਼ਲਾਘਾ ਕਰਨੀ ਚਾਹੀਦੀ ਹੈ, ਜਿੱਥੇ ਉਹ ਕਮਜ਼ੋਰ ਸਾਬਤ ਹੋਏ ਨੇ ਉੱਥੇ ਫਿਰ ਉਹਨਾਂ ਨੂੰ ਜਿੱਦਾਂ ਹਾਂ, ਕਿਉਂਕਿ ਬਹੁਤ ਲੋਕਾਂ ਦਾ ਮਤਲਬ ਜਾਂ ਇਹ ਕਹਿ ਲਈਏ ਸਿਆਸੀ ਆਗੂਆਂ ਦਾ ਜਾਂ ਇੱਕ ਦੂਸਰੇ ਦੇ ਸਿਆਸੀ ਵਿਰੋਧੀਆਂ ਦਾ ਇਹ ਹੁੰਦਾ ਕਿ ਜੀ ਬਾਦਲ ਸਰਕਾਰ ਦੀ ਕੇਂਦਰ ਦੇ ਨਾਲ ਸਾਂਝਿਆ ਤੇ ਇਹਨਾਂ ਨੇ ਕਹਿ ਕੂ ਕੇ ਇਹ ਜਿਹੜਾ ਸਾਰਾ ਕੁਛ ਕਰਾ ਦਿੱਤਾ। ਨਹੀਂ ਇਹ ਇਹ ਹੋ ਸਕਦਾ, ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਮਾਮਲੇ 'ਚ ਜਿਹੜੀ ਕਲੋਜ਼ਰ ਰਿਪੋਰਟ ਆ ਉਹਦੇ 'ਚ ਹੋ ਸਕਦਾ ਵੀ CBI ਨੂੰ ਪ੍ਰਭਾਵਿਤ ਕਰਿਆ ਹੋਵੇ, ਪਰ ਹਰੇਕ ਕੇਸ ਵਿੱਚ ਨੂੰ CBI ਨੂੰ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ, ਨਾ ਹੁੰਦੀ ਆ ਉਹ ਅਫਸਰਾਂ ਤੇ ਡਿਪੈਂਡ ਕਰਦਾ ਹੁੰਦਾ, ਕੋਈ ਨਾ ਕੋਈ ਕਮਜ਼ੋਰ ਅਫਸਰ ਜਾਂ ਕੋਈ ਹੋਰ ਹੁੰਦਾ ਜਾਂ ਪ੍ਰੈਸ਼ਰ ਹੀ ਇੰਨਾ ਪੈ ਜਾਂਦਾ ਉਹਨੂੰ ਕੋਈ ਸਮਝੌਤਾ ਕਰਨਾ ਪੈਂਦਾ। ਵਰਨਾ ਜਿੱਦਾਂ ਇਹ ਇਹ ਕੇਸ 'ਚ ਲੱਗਦਾ ਹੈਗਾ ਗੁਰੂ ਗ੍ਰੰਥ ਸਾਹਿਬ, ਹਾਲਾਂਕਿ ਸਬੂਤ ਸੀ ਉਹਨਾਂ ਨੇ ਆਪ ਮਹਿੰਦਰਪਾਲ ਬਿੱਟੂ ਬੱਟੂ ਤੇ ਹੋਰ ਜਿਹੜੇ 3-4 ਬੰਦੇ ਫੜੇ ਸੀ ਸਿੱਟ ਵਾਲਿਆਂ ਨੇ, ਇਹਦਾ ਮਤਲਬ ਅਕਸਰ ਨੂੰ ਕੋਈ ਨਾ ਕੋਈ ਗੜਬੜ ਤਾਂ ਹੈਗੀ ਹੈ ਨਾ, ਤਾਂ ਹੀ ਬੰਦੇ ਫੜੇ, ਹੋਰ ਨੀ ਕੋਈ ਫੜ ਲਿਆ, ਜੇ ਉਹ ਸ਼ਾਮਲ ਸੀ ਬੰਦੇ ਤਾਂ ਹੀ ਫੜੇ ਗਏ ਆ ਨਾ। ਅਕਸਰ ਪੁਲਿਸ ਆਪਾਂ ਕਹੀ ਵੀ ਇੰਨੀ ਅੰਨੇਵਾਹੀ ਵੀ ਨੀ ਹੈਗੀ ਵੀ ਪੁਲਿਸ ਬਿਨਾਂ ਕਿਸੇ ਸਬੂਤ ਤੋਂ ਹੀ ਬੰਦੇ ਨੂੰ ਚੱਕ ਲੈਂਦੀ ਆ, ਅਕਸਰ ਕਿਤੇ ਨਾ ਕਿਤੇ ਦਾ ਤਾਰਾਂ ਹੁੰਦੀਆਂ ਹੀ ਆ ਬੰਦੇ ਦੀਆਂ ਤਾਂ ਫੜਿਆ ਜਾਂਦਾ। ਠੀਕ ਹੈ ਅਵਤਾਰ ਸਿੰਘ ਜੀ, ਇੱਥੇ ਇੱਕ ਜਿੱਦਾਂ ਗੱਲ ਹੋਰ ਥੋੜਾ ਜਿਹਾ ਜਿੱਦਾਂ ਐਜ ਏ ਪੱਤਰਕਾਰ ਕਲੀਅਰ ਕਰਿਓ ਵੀ SIT ਐਕਟ ਹੈਗੀ ਆ ਜਿੱਦਾਂ ਇਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ, ਹੁਣ ਇਹੀ ਇਕੱਲੀ ਜਾਂਚ ਕਰ ਰਹੀ ਆ ਜਾਂ ਕਿ ਜਿਹੜੀ ਖਟੜਾ ਸਾਹਿਬ ਦੀ ਸੈੱਟ ਸੀਗੀ ਉਹ ਵੀ ਕੰਮ ਕਰ ਰਹੀ ਆ? ਨਹੀਂ ਨਹੀਂ ਇਸ ਵੇਲੇ ਜਿਹੜੀ ਸਾਰੀ ਜ਼ਿੰਮੇਵਾਰੀ ਆ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਆ, ਖੱਟੜਾ ਉਹਨੀ ਮੇਰਾ ਖਿਆਲ ਅਕਾਲੀ ਦਲ ਬਾਦਲ ਵੇਲੇ ਸੀਨੀਅਰ ਵਿਸ਼ੇਸ਼ ਤੌਰ ਤੇ ਕੰਮ ਕਰ ਰਹੇ ਸੀ, ਉੱਦਾਂ ਖੱਟੜਾ ਉਹਨਾਂ ਨੇ ਕੰਮ ਬਹੁਤ ਕਰਿਆ, ਉਹਨਾਂ ਨੇ ਸਾਰੇ ਦੋਸ਼ੀਆਂ ਦੀ ਨਿਸ਼ਾਨਦੇਹੀ ਉਦੋਂ ਹੀ ਕਰ ਲਈ ਸੀ। ਠੀਕ ਹੈ। ਹਾਂ ਇਹ ਜਿਹੜੇ ਮਹਿੰਦਰਪਾਲ ਬਿੱਟੂ ਬੱਟੂ ਇਹ ਸਾਰਿਆਂ ਦਾ ਖੱਟੜਾ ਰਣਵੀਰ ਸਿੰਘ ਖੱਟੜਾ ਵਾਲੀ ਸਿੱਟ ਨੇ ਸਾਰੇ ਦੋਸ਼ੀਆਂ ਦਾ ਪਤਾ ਲਾ ਲਿਆ ਸੀ, ਪਰ ਅਕਾਲੀ ਦਲ ਦਾ ਦਬਾਅ ਇੰਨਾ ਸੀਗਾ ਵੀ ਗ੍ਰਿਫਤਾਰ ਨਾ ਕਰੋ, ਇਸ ਕਰਕੇ ਉਹਨਾਂ ਨੇ ਗ੍ਰਿਫਤਾਰ ਨਹੀਂ ਕਰਿਆ ਉਹਨਾਂ ਨੂੰ। ਮਤਲਬ ਉਹ ਜਿਹੜੀ ਹੁਣ ਜਿਹੜੀਆਂ ਗ੍ਰਿਫਤਾਰੀਆਂ ਮਹਿੰਦਰਪਾਲ ਹੋਣਾਂ ਦੀਆਂ ਜਾਂ ਜੋ ਵੀ ਹੋਇਆ ਸੀ ਇਹ ਸਾਰਾ ਜਿਹੜੀ ਇਹ ਖੱਟੜਾ ਦੀ SIT ਖੱਟੜੇ ਦੀ ਵੀ ਆਪਾਂ ਕਹਿ ਸਕਦੇ ਹਾਂ ਵੀ ਵੱਡੀ ਕੰਟਰੀਬਿਊਸ਼ਨ ਆ, ਉਹਨੇ ਸਾਰੇ ਦੋਸ਼ੀ ਲੱਭ ਲਏ ਸੀ, ਜਿੱਦਾਂ ਰਸਮੀ ਗ੍ਰਿਫਤਾਰੀਆਂ ਕੁੰਵਰ ਵਿਜੇ ਪ੍ਰਤਾਪ ਵਾਲੀ ਸਿੱਟ ਨੇ ਪਾਈਆਂ, ਪਰ ਰਣਵੀਰ ਸਿੰਘ ਖੱਟੜੇ ਵਾਲੀ ਸਿੱਟ ਨੇ ਵੀ ਉਹ ਨੇੜੇ ਪਹੁੰਚ ਗਏ ਸੀ, ਸਾਰਾ ਕੁਛ ਉਹਨਾਂ ਨੂੰ ਪਤਾ ਸੀਗਾ ਵੀ ਕੌਣ ਕੌਣ ਬੰਦਾ ਸ਼ਾਮਲ ਹੈਗਾ। ਤੇ ਆਖਿਰ ਦੇ ਵਿੱਚ ਇਹੀ ਆ ਕਿ ਜਿਹੜੀ ਹੁਣ ਕੁੰਵਰ ਵਿਜੇ ਪ੍ਰਤਾਪ ਵਾਲੀ SIT ਆ ਜਾਂ ਉਹਨਾਂ ਦਾ ਜਿਹੜਾ ਤੁਸੀਂ ਇੱਕ ਹੋਰ ਹੈਡ ਦਾ ਨਾਂ ਲਿਆ ਜਿਹੜੇ ਬਾਕੀ ਦੇ ਨਾਲ ਇਹਨਾਂ ਦੇ ਮਤਲਬ ਕੰਮ ਕਰਨ ਲਾਏ ਆ, ਉਹ ਤੇ ਬਿਲਕੁਲ ਧਿਆਨ ਨਹੀਂ ਦੇ ਰਹੇ, ਸਿਰਫ ਨਾਂ ਇਹਨਾਂ ਦਾ ਇੱਕ ਵਾਰ ਵਿਜੇ ਪ੍ਰਤਾਪ ਦਾ ਹੀ ਆਉਂਦਾ ਵੀ ਇਹੀ ਇਨਵੈਸਟੀਗੇਟਿਵ ਅਫਸਰ ਆ ਤੇ ਇਹੀ ਕਰ ਰਿਹਾ ਹੈਗਾ। ਹੁਣ ਇਹ ਹੈਗਾ ਵੀ ਤੁਸੀਂ ਦੇਖੋ ਵੀ 2-2.5 ਸਾਲ ਸਰਕਾਰ ਦੇ ਰਹਿ ਗਏ, ਹਲੇ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਵੀ ਕਿਤੇ ਨਾ ਕਿਤੇ ਸਬੂਤ ਪੇਸ਼ ਕਰਕੇ ਬਈ ਆਪਾਂ ਅਦਾਲਤ ਵਿੱਚ ਪਹੁੰਚਾਈਏ, ਜਦੋਂ ਅਦਾਲਤ ਵਿੱਚ ਪਹੁੰਚਣਾ ਉਦੋਂ ਨੂੰ ਸਰਕਾਰ ਬਦਲ ਜਾਣੀ ਆ, ਮੁੜ ਕੇ ਉਹਨਾਂ ਦੇ ਸਰਕਾਰ, ਉਹਨਾਂ ਦੇ ਜੱਜ, ਉਹਨਾਂ ਦੇ ਪੁਲਿਸ ਅਫਸਰ, ਉਹਨਾਂ ਦੀ ਇਨਵੈਸਟੀਗੇਸ਼ਨ, ਤੇ ਉਹ ਸਾਰੇ ਸਬੂਤ ਆ ਜਿਹੜੇ ਮਟਾ ਮਟੂ ਦਿੱਤੇ ਜਾਂਦੇ, ਸੋ ਇਸ ਤਰ੍ਹਾਂ ਚੱਲਣਾ ਇਹ ਸਾਰੇ। ਪਰ ਪਿਛਲੇ ਦਿਨੀ ਕੁਝ ਇਹ ਵੀ ਆਇਆ ਸੀਗਾ ਚਰਚਾ ਦੇ ਵਿੱਚ ਕਿ ਉਹਨਾਂ ਨੇ ਜਿਹੜੇ ਚਾਰਜ ਸ਼ੀਟ ਲਾ ਦਿੱਤੀ ਆ, ਉਹਦੇ ਚ ਨਾਂ ਵੀ ਦੇ ਦਿੱਤੇ ਆ, ਇਹਦੇ ਬਾਰੇ ਕੋਈ ਜਾਣਕਾਰੀ ਹੈ? ਸਾਰਾ ਕੁਛ ਹੋ ਜਾਂਦਾ ਜਦੋਂ ਚਾਰਜ ਸ਼ੀਟ ਲੱਗ ਵੀ ਗਏ, ਜਦੋਂ ਨਵੀਂ ਸਰਕਾਰ ਨੇ ਆਉਣਾ ਉਹਨੇ ਸਪਲੀਮੈਂਟਰੀ ਚਲਾਨ ਪੇਸ਼ ਕਰਕੇ ਸਾਰਾ ਕੁਛ ਕੰਜ਼ਿਊਮ, ਸਾਰਾ ਕੁਛ ਸਰਕਾਰ, ਸਾਰਾ ਕੁਛ ਹੋ ਜਾਂਦਾ ਹੈਗਾ। ਚਲੋ ਕੁਛ ਚੱਲਦਾ ਉੱਥੇ ਬਿਹਾਈਂਡ ਦੀ ਸੀਨ, ਬਹੁਤ ਕੁਛ ਚੱਲਦਾ ਹੈਗਾ ਆਖਿਰ ਦੇ ਵਿੱਚ, ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਇੱਥੇ ਵੀ ਜਾਂ ਮੀਡੀਆ ਵੀ ਕਈ ਵਾਰੀ ਪੂਰੀ ਜਾਣਕਾਰੀ ਵੀ ਨਹੀਂ ਪੇਸ਼ ਕਰਦੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਫਿਰ ਵੀ ਤੁਸੀਂ ਜਿੱਦਾਂ ਸਿੱਖਾਂ ਨੂੰ ਇੱਕ ਪੱਤਰਕਾਰ ਦੇ ਤੌਰ ਤੇ ਕੀ ਕਹਿਣਾ ਚਾਹੁੰਦੇ ਵੀ ਕਿਵੇਂ ਇਨਸਾਫ ਲੈਣ ਲਈ ਕੀ ਕੀਤਾ ਜਾਵੇ? ਸਾਡੇ ਲਈ ਤਾਂ ਸੰਘਰਸ਼ ਹੀ ਆ ਵੀ ਉਹ ਆਪਾਂ ਸੰਘਰਸ਼ ਆ ਜਿਹੜਾ ਜਥੇਬੰਦ ਹੋ ਕੇ ਸਿਆਣੀ ਲੀਡਰਸ਼ਿਪ ਦੀ ਅਗਵਾਈ ਹੇਠ ਜਿਹੜੀ ਖੜਨ ਵਾਲੀ ਹੋਵੇ, ਜਿਹੜੀ ਅੰਤ ਤੱਕ ਸੰਘਰਸ਼ ਨੂੰ ਪਹੁੰਚਾ ਸਕੇ, ਜਿਹਦੇ ਵਿੱਚ ਕਮਜ਼ੋਰੀਆਂ ਨਾ ਹੋਣ, ਜਿਹੜੀ ਗੁਰਬਾਣੀ ਨਾਲ ਜੁੜੀ ਹੋਈ ਹੋਵੇ ਹੈ ਨਾ, ਉਸ ਕਿਸਮ ਦੀ ਲੀਡਰਸ਼ਿਪ, ਤੇ ਉਹ ਲੀਡਰਸ਼ਿਪ ਲੱਭਣੀਆਂ ਸੰਸਥਾਵਾਂ ਚ, ਜਦ ਤੱਕ ਅਸੀਂ ਪੰਥਕ ਸੰਸਥਾਵਾਂ ਜਿਹੜੀਆਂ ਇੱਕ ਤਰ੍ਹਾਂ ਨਾਲ
ਥਿੰਕ ਟੈਂਕ ਵਗੈਰਾ ਨਹੀਂ ਸਾਰਦੇ, ਥਿੰਕ ਟੈਂਕਾਂ ਚੋਂ ਤੁਹਾਡੀ ਲੀਡਰਸ਼ਿਪ ਆ ਜਿਹੜੀ, ਜੇ ਉਹ ਥਿੰਕ ਟੈਂਕ ਆਏ ਨਾ ਹੁਣ ਵੀ ਕਿਤਾਬਾਂ ਪੜ੍ਹਨ ਵਾਲੀ ਹੋਣ। ਮੈਂ ਇਹ ਨਹੀਂ ਕਹਿ ਰਿਹਾ ਵੀ ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਇਹ ਤਾਂ ਗੁਰਬਾਣੀ ਵਿੱਚ ਰੰਗੀਆਂ ਹੋਈਆਂ ਰੂਹਾਂ ਫਿਰ ਜਿਹੜੀਆਂ ਉਹ ਸੰਸਥਾਵਾਂ ਉਸਾਰਨਗੀਆਂ। ਉਹਦੇ ਚੋਂ ਜਿਹੜੀ ਜਿੱਦਾਂ ਸੰਤ ਜਰਨੈਲ ਸਿੰਘ ਦਾ ਉਭਾਰ ਹੈ, ਉਸਦੇ ਵਿੱਚ ਟਕਸਾਲ ਇੱਕ ਸੰਸਥਾ ਸੀ ਨਾ, ਉਸ ਸੰਸਥਾ ਚੋਂ ਹੀ ਲੀਡਰਸ਼ਿਪ ਦਾ ਉਭਾਰ ਹੋਇਆ ਕਰਦਾ। ਠੀਕ, ਜਿਹੜੀਆਂ ਸੰਸਥਾਵਾਂ ਨੇ ਉਹ ਲੀਡਰ, ਹੁਣ ਅਸੀਂ ਲੀਡਰ ਭਾਲ ਰਹੇ ਹਾਂ, ਸੰਸਥਾਵਾਂ ਨੂੰ ਨੀ ਬਚਾ ਰਹੇ, ਸਾਨੂੰ ਸੰਸਥਾਵਾਂ ਬਚਾਉਣੀਆਂ ਤੇ ਉਸਾਰਨੀਆਂ ਪੈਣਗੀਆਂ। ਉਹਦੇ ਚੋਂ ਲੀਡਰਸ਼ਿਪ ਕ੍ਰੀਏਟ ਹੋਊਗੀ, ਫਿਰ ਅਸੀਂ ਜਿਹੜੀਆਂ ਮਾਰੇ ਮਾਰੇ ਫਿਰਦੇ ਹਾਂ ਉਹ ਕਿਤੇ ਨਾ ਕਿਤੇ ਤਣ ਪੱਤਣ ਲੱਗ ਸਕਦੀ ਹੈਗੀ ਹੈ। ਠੀਕ ਆ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਮਾਂ ਦਿੱਤਾ ਅਵਤਾਰ ਸਿੰਘ ਜੀ। ਬਹੁਤ ਵਧੀਆ ਤੁਸੀਂ ਜਿਹੜਾ ਇਹਦਾ CBI ਦੇ ਬਾਰੇ ਤੇ ਜਿਹੜੀ ਜਾਂਚ SIT ਬਣੀ ਹੋਈ ਆ ਉਹਦੇ ਬਾਰੇ ਤੇ ਹੋਰ ਜਿਹੜੀਆਂ ਮੁੱਦੇ ਉਹਨਾਂ ਤੇ ਗੱਲਬਾਤ ਕੀਤੀ ਆ, ਇਹਦੇ ਸੰਬੰਧ ਦੇ ਵਿੱਚ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ? ਮੈਂ ਨਾ ਪੁੱਛਿਆ ਹੋਵੇ ਤਾਂ ਵੀ ਕਹਿ ਸਕਦੇ ਆ। ਨਹੀਂ ਬਸ ਠੀਕ ਆ, ਮੈਨੂੰ ਲੱਗਦੀ ਸਾਰੀ ਗੱਲ ਕਵਰ ਹੋ ਗਈ ਹੋਈ ਆ, ਅੱਧੇ ਘੰਟੇ ਤਾਂ ਇੰਨਾ ਕੋਈ ਆ ਵੀ ਉਹ ਜ਼ਿਆਦਾ ਕੰਪੈਕਟ ਸਾਰੀ ਗੱਲ ਚਲੇ ਗਈ ਹੋਈ ਆ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਅਵਤਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।